ਅੱਜ ਲੰਦਨ ਦੇ ਪ੍ਰੈਸ ਕਲੱਬ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ 12 ਤੋਂ 21 ਨਵੰਬਰ ਤੱਕ ਪੰਜਾਬ ਅੰਦਰ ਜੱਥਾ ਮਾਰਚ ਕੱਢ ਕੇ ਲੋਕਾਂ ਨੂੰ ਕੇਂਦਰ ਤੇ ਰਾਜ ਸਰਕਾਰ ਦੀਆਂ ਲੋਕਮਾਨੂੰ ਨੀਤੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਇਸ ਜੱਥੇ ਮਾਰਚ ਦਾ ਮੁੱਖ ਨਾਰਾ ਲੋਕ ਜਗਾਓ ਲੁਟੇਰੇ ਭਜਾਓ ਹੈ। ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਦੱਸਿਆ ਕਿ 12 ਨਵੰਬਰ ਨੂੰ ਪਾਰਟੀ ਆਗੂਆਂ ਦੀਆਂ ਦੋ ਟੀਮਾਂ ਜਲਿਆਂਵਾਲਾ ਬਾਗ ਅੰਮ੍ਰਿਤਸਰ ਤੋਂ ਜੱਥਿਆਂ ਦੇ ਰੂਪ ਵਿੱਚ ਚੱਲਣਗੀਆਂ। ਉਹਨਾਂ ਨੇ ਦੱਸਿਆ ਕਿ ਇੱਕ ਜੱਥੇ ਦੀ ਅਗਵਾਈ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਕਰਨਗੇ ਅਤੇ ਦੂਜੇ ਜੱਥੇ ਦੀ ਅਗਵਾਈ ਉਹ ਖੁਦ ਕਰਨਗੇ। RMPI ਵੱਲੋਂ, ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਵੱਲੋਂ, ਅਸੀਂ 10 ਦਿਨ ਦਾ ਜਥਾ ਮਾਰਚ ਪੰਜਾਬ 'ਚ ਦੋ ਜਥਿਆਂ ਦੇ ਰੂਪ 'ਚ ਕਰ ਰਹੇ ਹਾਂ। 12 ਤਰੀਕ ਤੋਂ ਲੈ ਕੇ 21 ਨਵੰਬਰ ਤੱਕ ਇਹ ਦੋ ਜਥੇ, ਇੱਕ ਜਥਾ ਦੁਆਬੇ ਵਿੱਚ ਦੇ ਮਾਝੇ 'ਚ ਕਰੇਗਾ ਟੂਰ, ਦੂਜਾ ਜਥਾ ਮਾਲ ਵਿੱਚ ਕਰੇਗਾ। ਇਹ ਲਗਭਗ ਇਕੱਲਾ ਇਕੱਲਾ ਜਥਾ 40-40 ਵੱਡੇ ਕਾਨਫਰੰਸ ਆ ਔਰ ਬਾਕੀ ਬਹੁਤ ਵੱਡੀ ਗਿਣਤੀ 'ਚ ਛੋਟੀਆਂ ਮੀਟਿੰਗਾਂ ਕਰਨਗੇ। ਸੁਨੇਹੇ ਅਸੀਂ ਦੋ ਲੋਕਾਂ ਨੂੰ ਦੇਣੇ ਚਾਹੁੰਦੇ ਹਾਂ, ਜਿਹੜੀਆਂ ਆਰਥਿਕ ਨੀਤੀਆਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਲੈ ਰਹੀ ਹੈ, ਉਹਨਾਂ ਨੀਤੀਆਂ ਨਾਲ ਦੇਸ਼ ਦੇ ਲੋਕਾਂ ਦੀ ਤਬਾਹੀ ਹੋ ਰਹੀ ਹੈ। ਮਹਿੰਗਾਈ, ਬੇਕਾਰੀ, ਖੇਤੀਬਾੜੀ ਦਾ ਸੰਕਟ, ਆਤਮ ਹੱਤਿਆਵਾਂ, ਇਹ ਐਸੇ ਮੁੱਦੇ ਜਿਹੜਾ ਸਾਰੇ ਇਹਨਾਂ ਨੀਤੀਆਂ ਨਾਲ ਬੱਝੇ ਹੋਏ ਆ, ਇਹਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਔਰ ਲੜਾਈ ਲਈ ਤਿਆਰ ਕਰਨਾ, ਇਹ ਇੱਕ ਸਾਡਾ ਜਥੇ ਦਾ ਮਨੋਰਥ ਆ। ਦੂਜਾ ਸਾਡਾ ਮਨੋਰਥ ਇਹ ਆ ਕਿ ਕੇਂਦਰ ਦੀ ਮੋਦੀ ਸਰਕਾਰ RSS ਦੇ ਪਕੜ ਦੇ ਨਾਲ, ਉਹਦੀ ਵਿਚਾਰਧਾਰਾ ਦੇ ਅਧੀਨ ਕੰਮ ਕਰਦੀ ਹੋਈ ਇਸ ਦੇਸ਼ ਨੂੰ ਫਿਰਕੂ ਆਧਾਰ 'ਤੇ ਵੰਡਣ ਦਾ ਯਤਨ ਕਰ ਰਹੀ ਆ ਔਰ ਜਿਹੜੇ ਲੋਕਾਂ ਦੇ ਅਸਲੀ ਮੁੱਦੇ ਆ ਉਹਨਾਂ ਨੂੰ ਪਾਸੇ ਕਰਕੇ ਲੋਕਾਂ ਨੂੰ ਐਸੇ ਮੁੱਦਿਆਂ 'ਤੇ ਰੈਲੀ ਕਰਨਾ ਚਾਹੁੰਦੀ ਹੈ ਜਿਹੜੇ ਮੁੱਦੇ ਲੋਕਾਂ ਨੂੰ ਫਿਰਕਾ ਤਰਨ ਆਧਾਰ 'ਤੇ ਵੰਡਣ। ਇਸ ਲਈ ਅਸੀਂ, ਚਾਹੇ ਉਹ ਰਾਮ ਮੰਦਿਰ ਦਾ ਮੁੱਦਾ ਆ, ਬਾਬਰੀ ਮਸਜਿਦ ਵਾਲਾ ਮੁੱਦਾ ਆ, ਚਾਹੇ ਉਹ 3 ਤਲਾਕ ਵਾਲਾ ਮੁੱਦਾ ਆ, ਹਰ ਮੁੱਦੇ 'ਤੇ ਉਹ ਐਸੇ ਸਵਾਲ ਖੜੇ ਕਰ ਰਹੀ ਹੈ ਚੇਤਨ ਰੂਪ ਦੇ ਵਿੱਚ, ਜਿਹਦੇ ਨਾਲ ਲੋਕਾਂ 'ਚ ਫਿਰਕੂ ਧਰੂਵੀਕਰਨ ਹੋਵੇ। ਤੋ ਅਸੀਂ ਚਾਹੁੰਦੇ ਹਾਂ ਵੀ ਲੋਕਾਂ ਦਾ ਧਿਆਨ ਇਹਨਾਂ ਮੁੱਦਿਆਂ ਵੱਲ ਨਾ ਜਾਵੇ, ਜਿਹੜੇ ਜ਼ਿੰਦਗੀ ਨਾਲ ਅਸਲੀ ਮੁੱਦੇ ਉਹਨਾਂ ਦੇ ਆ ਉਹਦੇ ਵੱਲ ਰਹੇ, ਤਾਂ ਕਿ ਅਸੀਂ ਸਰਕਾਰਾਂ ਦੇ ਖਿਲਾਫ਼ ਲੜ ਸਕੀਏ। ਅਗਲੀ ਗੱਲ ਇਹ ਹੈ ਵੀ ਅਸੀਂ ਧਰਮ ਅਧਾਰਤ ਦੇਸ਼ ਨਹੀਂ ਚਾਹੁੰਦੇ, ਅਸੀਂ ਧਰਮ ਨਿਰਪੱਖਤਾ ਦੇ ਆਧਾਰ 'ਤੇ ਅਤੇ ਲੋਕਰਾਜੀ ਕਦਰਾਂ ਕੀਮਤਾਂ ਦੇ ਆਧਾਰ 'ਤੇ ਇਹ ਦੇਸ਼ ਦੀ ਵਿਕਾਸ ਚਾਹੁੰਦੇ ਹਾਂ। ਇਹ ਦੋ ਮਸਲੇ ਲੈ ਕੇ ਅਸੀਂ ਲੋਕ ਜਗਾਓ ਲੁਟੇਰੇ ਭਜਾਓ ਇਹ ਨਾਂ ਰੱਖ ਕੇ ਅਸੀਂ ਇਹ ਦੋ ਜਥੇ ਤੋਰ ਰਹੇ ਹਾਂ।